ਵੀਰਵਾਰ ਦੀ ਵੀਰਵਾਰ ਦਾ ਰਾਤ ਮੇਰੀ ਬੈਕ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀਗਾ, ਬਹੁਤ ਜ਼ਿਆਦਾ ਸੀਗਾ ਦਰਦ, ਮਤਲਬ ਘੱਟੋ ਘੱਟ ਇੱਕ ਹਫ਼ਤਾ ਹੋ ਗਿਆ ਸੀਗਾ ਇਸੇ ਤਰ੍ਹਾਂ ਦਰਦ ਚੱਲੀ ਜਾ ਰਿਹਾ ਸੀਗਾ। ਅਤੇ ਕੋਈ ਮੈਡੀਸਨ ਨਹੀਂ ਲਈ ਮੈਂ ਸ਼ੁਕਰ ਵੀਰਵਾਰ ਇੱਥੇ ਸੀਗਾ, ਔਰ ਸ਼ੁੱਕਰਵਾਰ ਜਦੋਂ ਮੈਂ ਉੱਠਿਆ ਅਤੇ ਮੈਂ ਪ੍ਰਭੂ ਦੇ ਸੇਵਕਾਂ ਦੇ ਕੋਲ ਗਿਆ ਅਤੇ ਮੇਰੇ ਕੋਲ ਹੀ ਪਏ ਸੀਗੇ ਅਤੇ ਮੇਰੇ ਕੋਲ ਉੱਠਿਆ ਵੀ ਨਹੀਂ ਗਿਆ ਅਤੇ ਕਹਿੰਦੇ ਕੀ ਹੋਇਆ, ਮੈਂ ਕਿਹਾ ਬੈਕ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਆ। ਅਤੇ ਮੈਨੂੰ ਪ੍ਰਭੂ ਦੇ ਸੇਵਕ ਕਹਿੰਦੇ ਕਿ ਤੈਨੂੰ ਠੰਡ ਨਾ ਲੱਗੀ ਹੋਵੇ, ਹੋ ਸਕਦਾ ਮਾਰਕੀਟਿੰਗ ਵਿੱਚ ਤੂੰ ਰਹਿੰਦਾ ਆ, ਪਰ ਮੇਰੀ ਜਿਹੜੀ ਹਾਲਾਤ ਸੀਗੇ, ਕਿਉਂਕਿ ਜਦੋਂ ਕਿਸੇ ਦੀ ਬੈਕ ਵਿੱਚ ਪੇਨ ਸ਼ੁਰੂ ਹੁੰਦੀ ਹੈ ਜਿਹਨਾਂ ਦੇ ਕਦੇ ਦਰਦ ਹੋਇਆ ਹੋਊਗਾ ਉਹਨੂੰ ਪਤਾ, ਜਦੋਂ ਸਾਹ ਲੈਂਦੇ ਹਾਂ ਉਦੋਂ ਵੀ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ, ਔਰ ਜਦੋਂ ਮੈਂ ਸਾਹ ਲੈਂਦਾ ਸੀ ਮੇਰੀ ਪ੍ਰੋਬਲਮ ਆ ਰਹੀ ਸੀ ਅਤੇ ਮੈਂ ਕਾਫ਼ੀ ਜ਼ਿਆਦਾ ਦਰਦ ਵਿੱਚ ਤੜਫ ਰਿਹਾ ਸੀ। ਅਤੇ ਪ੍ਰਭੂ ਦੇ ਸੇਵਕ ਨੇ ਮੈਨੂੰ ਆਵਾਜ਼ ਮਾਰੀ ਅਤੇ ਉਹਨਾਂ ਨੇ ਕਿਹਾ ਕਿ ਤੂੰ ਮੇਰੇ ਕੋਲ ਆ, ਅਤੇ ਜਦੋਂ ਉਹਨਾਂ ਨੇ ਮੇਰੇ ਕੋਲ ਮੈਨੂੰ ਬੁਲਾਇਆ ਅਤੇ ਉਹਨੇ ਕਿਹਾ ਕਿੱਥੇ ਦਰਦ ਹੋ ਰਿਹਾ ਹੈ, ਅਤੇ ਮੈਂ ਆਪਣੇ ਹੱਥ ਲਾਇਆ ਕਿ ਮੈਂ ਕਿਹਾ ਕਿ ਮੇਰੇ ਬੈਕ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਦਰਦ ਹੋ ਰਿਹਾ ਆ। ਅਤੇ ਇਹਨਾਂ ਨੇ ਕਿਹਾ ਕਿ ਚੱਲ ਤੂੰ ਮੇਰੇ ਵੱਲ ਇਸ ਬੈਕ ਨੂੰ ਕਰ, ਅਤੇ ਇਹਨਾਂ ਨੇ ਹੱਥ ਰੱਖਿਆ ਔਰ ਇਹਨਾਂ ਨੇ ਕਿਹਾ ਮੈਂ ਤੇਰੀ ਪ੍ਰਾਰਥਨਾ ਕਰਦਾ ਆ। ਅਤੇ ਜਦੋਂ ਇਹਨਾਂ ਨੇ ਪ੍ਰਾਰਥਨਾ ਕੀਤੀ ਮੈਂ ਪ੍ਰਾਰਥਨਾ ਲੈਂਦੀ ਗਿਆ, ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਹਾਂ, ਪਰਮੇਸ਼ਵਰ ਆਪਣੇ ਆਪ ਸਭ ਕੁਛ ਕਰ ਦਿੰਦਾ ਹੈ। ਆਮੇਨ। ਮੈਂ ਨਹੀਂ ਗਿਆ ਪ੍ਰਾਰਥਨਾ ਕਰਾਉਣ, ਮੈਨੂੰ ਖੁਦ ਆਵਾਜ਼ ਮਾਰੀ ਚੱਲੇ ਤੇਰਾ। ਹਾਲੇਲੂਇਆ। ਅਤੇ ਜਦੋਂ ਉਹ ਸਵੇਰੇ ਦਾ ਸਮਾਂ ਮਾਰਨਿੰਗ ਦਾ ਟਾਈਮ ਸੀਗਾ ਅਤੇ ਉਹਨਾਂ ਨੇ ਬੁਲਾਇਆ ਅਤੇ ਉਹਨਾਂ ਨੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ, ਹੱਥ ਰੱਖ ਪ੍ਰਾਰਥਨਾ ਕਰਨ ਤੋਂ ਬਾਅਦ ਉਹਨਾਂ ਨੇ ਇੱਦਾਂ ਕੀਤਾ ਅਤੇ ਉਹਨੇ ਕਿਹਾ ਚੱਲ ਠੀਕ ਹੈ ਹੁਣ ਜਾ ਤੂੰ, ਕੋਈ ਗੱਲ ਨਹੀਂ। ਮੈਂ ਪ੍ਰਾਰਥਨਾ ਕਰਾ ਕੇ ਗਿਆ, ਦੋ ਦਿਨ ਲੰਘ ਗਏ, ਸ਼ਨੀਵਾਰ ਸ਼ਾਮ ਨੂੰ ਮੈਂ ਇੱਥੇ ਆਇਆ, ਸ਼ਨੀਵਾਰ ਸਵੇਰ ਨੂੰ ਆਇਆ, ਸ਼ੁੱਕਰਵਾਰ ਸ਼ਾਮ ਨੂੰ ਸੌਰੀ ਹਾਂ। ਅਤੇ ਜਦੋਂ ਮੈਂ ਆਇਆ ਮੈਨੂੰ ਮੇਰਾ ਕੋਈ ਧਿਆਨ ਨਹੀਂ, ਅਤੇ ਮੈਂ ਜਦੋਂ ਪ੍ਰਭੂ ਦੇ ਸੇਵਕਾਂ ਨੇ ਮੈਨੂੰ ਗੱਲ ਕੀਤੀ ਤੇਰੀ ਦਰਦ ਕਿੱਦਾਂ ਆ, ਉਹ ਪੁੱਛ ਵੀ ਹੋ ਰਹੇ ਨੇ। ਹਾਲੇਲੂਇਆ। ਹਾਲੇਲੂਇਆ। ਔਰ ਜਦੋਂ ਮੈਂ ਉਹਨਾਂ ਨੇ ਮੈਨੂੰ ਕਿਹਾ ਅਤੇ ਮੈਂ ਇਸ ਤਰ੍ਹਾਂ ਕਰਕੇ ਦੇਖ ਰਿਹਾ ਕਿਉਂਕਿ ਮੇਰੇ ਦਿਮਾਗ 'ਚ ਦਰਦ ਸੀਗੀ। ਤਕਰੀਬਨ 2 ਘੰਟੇ ਪ੍ਰਾਰਥਨਾ ਹੋ ਰਹੀ ਸੀ ਤੇ ਮੇਰੇ ਕਾਫੀ ਜ਼ਿਆਦਾ ਇਸ ਜਗ੍ਹਾ ਦੇ ਵਿੱਚ ਦਰਦ ਹੋ ਰਿਹਾ ਸੀਗਾ ਫੇਫੜਿਆਂ ਦੇ ਅੰਦਰ, ਕਿਉਂਕਿ ਜਦੋਂ ਜ਼ੋਰ ਲੱਗਦਾ ਆ ਪ੍ਰਾਰਥਨਾ ਕਰਨੀ ਹੁੰਦੀ ਆ। ਕਰਨੀ ਵਿੱਚ ਤੁਸੀਂ ਆਪਣੀ ਸ਼ਮਤਾ ਵਿੱਚ ਪ੍ਰਾਰਥਨਾ ਕਰੋਗੇ, ਲੇਕਿਨ ਜਦੋਂ ਕਰਾਉਣੀ ਹੁੰਦੀ ਆ ਉਦੋਂ ਸ਼ਮਤਾ ਕ੍ਰੋਸ ਕਰਨੀ ਪੈਂਦੀ ਆ। ਤੇ 2 ਘੰਟੇ ਪ੍ਰਾਰਥਨਾ ਕਰਵਾ ਰਿਹਾ ਸੀ ਨਾਲ ਤੇ ਉਹਦੇ ਨਾਲ ਕਾਫੀ ਜ਼ਿਆਦਾ ਖਿੱਚ ਪੈ ਗਈ। ਤੇ ਜਦੋਂ ਹੁਣ ਮੈਂ ਖੜਾ ਹੋਇਆ ਸੀ ਮੈਂ ਕਿਹਾ ਪ੍ਰਭੂ ਉਦੋਂ ਵੀ ਦਰਦ ਤੁਸੀਂ ਠੀਕ ਕੀਤੀ ਸੀ, ਮੈਂ ਤਾਂ ਨਹੀਂ ਕਰ ਪਾਇਆ, ਪਰ ਅੱਜ ਫਿਰ ਤੇਰਾ ਦੋ ਦਾਸ ਇੱਥੇ ਖੜਾ ਹੋਇਆ ਬੋਲ ਰਿਹਾ ਹੈ ਜਿਹਨਾਂ ਦੇ ਦਰਦ ਆ ਪਸਲੀ ਦੇ ਵਿੱਚ। ਮੈਂ ਬੋਲਾਂ ਨੂੰ ਫੜਿਆ, ਮੈਂ ਕਿਹਾ ਪਸਲੀ ਵਾਲਾ ਤਾਂ ਮੈਂ ਹੀ ਹਾਂ ਪ੍ਰਭੂ, ਜਦੋਂ ਪਰਮੇਸ਼ਵਰ ਦਾ ਦੂਤ ਬੋਲਦਾ ਆ ਉਹ ਬੋਲਦਾ ਜਿਹਨੂੰ ਪਸਲੀ ਦਾ ਦਰਦ ਚੈੱਕ ਕਰੇ, ਜਿਹਨੂੰ ਬੈਕ ਦਾ ਦਰਦ ਚੈੱਕ ਕਰੇ, ਉਹ ਬਿਮਾਰੀ ਤੋਂ ਚੰਗਾਈ ਵਾਲਾ ਕੋਲੇ ਖੜਾ ਤੁਹਾਨੂੰ ਚੰਗਾ ਕਰ ਰਿਹਾ ਹੁੰਦਾ, ਲੇਕਿਨ ਸਾਨੂੰ ਸਿਰਫ ਇਹ ਕਹਿ ਕੇ ਲੈਣਾ ਹੁੰਦਾ ਆ ਇਹ ਮੇਰੇ ਬਾਰੇ ਬੋਲ ਰਿਹਾ ਆ, ਫਿਰ ਤੁਸੀਂ ਚੰਗੇ ਹੋ ਜਾਓ। ਮੈਂ ਇਹ ਕਹਿ ਕੇ ਸਖਤ ਕੀਤਾ ਕਿ ਪਸਲੀ ਵਾਲਾ ਤਾਂ ਮੈਂ ਹੈਗਾ, ਤੇ ਸੱਤ ਜਾਣੇ ਜਦੋਂ ਬੋਲਿਆ ਗਿਆ ਤੇ ਮੇਰੀ ਚੰਗਾਈ ਨੇ ਮੈਨੂੰ ਉਸੇ ਵੇਲੇ ਹੀ ਫੜ ਲਿਆ। ਹਾਲੇ ਲੋਈ ਸਾਰੇ ਖੁਸ਼ ਹੋ।